गुरदासपुर के पिंड डडवा के सरपंच द्वारा अपने कुछ साथियों नाल मिलके पिंड के ही एक नौजवान का कतल कर दिता सी, जिसनों लैके मृतक के परिवारिक मैंबरों का आरोप है कि इस कतल मामले च पुलिस भी शामिल है, जिन्हों द्वारा मरण तो पहला जख्मी हालत च उन्हें लड़के की डंडिया नाल मारकुट की गई सी, जिसनों लैके उन्होंने कहा कि जदों तक पुलिस केस च नामजद आरोपियों को नहीं काबू करती उदों तक यह प्रदर्शन जारी रहेगा। उत्थे उन्होंने मांग की कि जिन्हों पुलिस कर्मचारियों ने जख्मी हालत च रोका मसीह की डंडिया नाल पिटाई की है उन्हों पर भी केस दर्ज किया जाए। सरपंच के नाल ना पहला लड़ाई हुई थी, बाद च इन्होंने होर कहे लड़ाई करा के ना तो भी मेरे बच्चे का परचा दर्ज कराता। बच्चे का नाम रोका गली जान डे चुक के अंदर सुट के मार कटाई ओरी की सरपंच भी है, सरपंच का सारा सरपंच का पहला मौजूद सरपंच ही है ते फिर उन्होंने इदा करके पुलिस मंगा ली ते जब पुलिस मंगाई ते ना पता नहीं मरे ने चुक के लै गए उतो पुलिस ने भी दा के छे छे डंडे मारे मेरे बच्चे दे। ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ, ਹਾਂਜੀ, ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਅਜੇ ਕੋਈ ਨਹੀਂ ਕਾਰਵਾਈ ਹੋਈ, ਕੋਈ ਕਾਰਵਾਈ ਨਹੀਂ ਹੋਈ, ਨਹੀਂ ਕੋਈ ਨਹੀਂ ਹੋਈ। ਪਰਚਾ ਦਰਜ ਹੋ ਗਿਆ? ਪਰਚਾ ਦਰਜ ਹੋ ਗਿਆ। ਅਰੈਸਟ ਪਈ ਕਿਸੇ ਦੀ? ਨਹੀਂ ਅਜੇ ਨਹੀਂ ਪਈ। ਤੁਹਾਡੀ ਕੀ ਮੰਗ ਕੀ ਹੈ? ਸਾਡੀ ਮੰਗ ਇਹੋ ਹੀ ਆ ਵੀ ਬਸ ਸਾਰੇ ਬੰਦੇ ਫੜੇ ਜਾਣ ਜਿਨ੍ਹਾਂ ਨੇ ਮਾਰਿਆ, ਸਜ਼ਾ ਹੋਣੀ ਚਾਹੀਦੀ ਹੈ। ਇਹ ਜੀ ਸਾਡੇ ਨੌਜਵਾਨ ਇੱਕ ਰੋਕਾ ਮਸੀਹਾ 27 ਸਾਲਾਂ ਦੀ ਉਮਰ ਆ ਔਰ ਉਹਨੂੰ ਪੁਲਿਸ ਨੇ ਔਰ ਮੌਜੂਦਾ ਸਰਪੰਚ ਸੀਗੇ ਜਿਹੜੇ ਪਿੰਡ ਡੜਵਾਂ ਦੇ ਉਹਨਾਂ ਨੇ ਉਸ ਬੱਚੇ ਦੇ ਉੱਤੇ ਗੁੰਡਾਗਰਦੀ ਕਰਕੇ ਉਹਦੀਆਂ ਪਹਿਲੇ ਲੱਤਾਂ ਤੋੜੀਆਂ ਫਿਰ ਉਹਦਾ ਸਿਰ ਪਾੜਿਆ ਔਰ ਸਿਰ ਪਾੜੇ ਤੋਂ ਬਾਅਦ ਪੁਲਿਸ ਉਸ ਨੂੰ ਬਜਾਏ ਟ੍ਰੀਟਮੈਂਟ ਕਰਾਉਣ ਦੇ ਪੁਲਿਸ ਵਾਲਿਆਂ ਨੇ ਵੀ ਜੋ ਪਿੰਡ ਵਾਲਿਆਂ ਨੇ ਦੱਸਣ ਦੇ ਮੁਤਾਬਕ ਆ ਕਿ ਉਹਦੇ ਸਿਰ 'ਚ ਡੰਡੇ ਮਾਰੇ ਨੇ ਉਹ ਬਾਅਦ 'ਚ ਜਦੋਂ ਦਮ ਤੋੜਦਾ ਤਾਂ ਫਿਰ ਉਹਨੂੰ ਹਸਪਤਾਲ ਲੈ ਗਏ ਨੇ ਅਤੇ ਇਹ ਜਿਹੜੀ ਆ ਸਾਡੇ ਨਾਲ ਬੜਾ ਵੱਡਾ ਧੱਕਾ ਕੀਤਾ ਗਿਆ ਸਾਡੇ ਭਾਈਚਾਰੇ ਨਾਲ। ਇਸ ਝਗੜੇ ਦੀ ਵਜ੍ਹਾ ਕੀ ਹੈ? ਇਹ ਝਗੜੇ ਦੀ ਵਜ੍ਹਾ ਜੀ ਕੋਈ ਇਹਨਾਂ ਦੀ ਪੁਰਾਣੀ ਲਾਗਤਬਾਜ਼ੀ ਸੀਗੀ, ਪਹਿਲਾਂ ਵੀ ਇਹਨਾਂ ਦੇ ਝਗੜੇ ਝੁਗੜੇ ਇੱਕ ਦੂਜੇ ਦੇ ਪਰਚੇ ਹੋਏ ਸੀਗੇ ਔਰ ਉਸ ਲਾਗਤਬਾਜ਼ੀ ਨੂੰ ਲੈ ਕੇ ਸਰਪੰਚ ਨੇ ਜਿਹੜੀ ਇਹ ਕਿੜ ਕੱਢੀ ਹੈ ਔਰ ਬੰਦੇ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ। ਕਿਹਦੇ ਕਿਹਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ? ਪੁਲਿਸ ਨੇ ਜੀ ਸਰਪੰਚ ਮੌਜੂਦਾ ਕੋਈ ਲਾਵਿਆ ਔਰ ਉਹਦੇ ਨਾਲ 4-5 ਹੋਰ ਨੌਜਵਾਨ ਸੀਗੇ ਉਹਨਾਂ ਸਾਰਿਆਂ ਦੇ ਖਿਲਾਫ਼ 302 ਦਾ ਪਰਚਾ ਦਰਜ ਕਰ ਦਿੱਤਾ, ਪਰ ਸਾਡੀ ਮੰਗ ਆ ਕਿ ਜਿਹੜੇ ਮੁਲਾਜ਼ਮ ਉਸ ਮੌਕੇ 'ਤੇ ਗਏ ਸੀਗੇ ਉਹਨਾਂ 'ਤੇ ਵੀ ਪਰਚਾ ਦਰਜ ਕੀਤਾ ਜਾਏ ਜਿਨ੍ਹਾਂ ਨੇ ਅਣਗਹਿਲੀ ਦੇ ਕਾਰਨ ਇਹ ਨੌਜਵਾਨ ਦੀ ਜਾਨ ਗਈ। ਅਰੈਸਟ ਹੋਈ ਕਿਸੇ ਦੀ? ਅਜੇ ਕੋਈ ਅਰੈਸਟ ਨਹੀਂ ਆ ਜੀ, ਅਸੀਂ ਉਸੇ ਕਰਕੇ ਡੈੱਡ ਬੋਡੀ ਲੈ ਕੇ ਇੱਥੇ ਬੈਠੇ ਹਾਂ ਕਿ ਜਿਹੜੇ ਮੁਜਰਮ ਨੇ ਉਹ ਅਰੈਸਟ ਹੋਣਗੇ ਤਾਂ ਆਪਾਂ ਇੱਥੋਂ ਜਾਵਾਂਗੇ, ਅਦਰਵਾਈਜ਼ ਆਪਾਂ ਡੈੱਡ ਬੋਡੀ ਲੈ ਕੇ ਨਹੀਂ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕੱਲ ਹੀ ਕਤਲ ਨਹੀਂ ਹੋਇਆ, ਆਹ ਥੋੜ੍ਹੇ ਸਮੇਂ ਦੇ ਵਿੱਚ 2 ਕੋਰਟ ਵਿੱਚ ਕਤਲ ਹੋਏ ਨੇ, 3 ਕਤਲ ਲਾਈਵ ਤੁਸੀਂ ਦੇਖਿਆ ਹੋਣਾ ਕਿ ਧਾਰੀਵਾਲ ਵਿੱਚ ਹੋ ਕੇ ਉਹ ਹੋਏ ਨੇ, 1 ਕਤਲ ਕਲਿਆਣਪੁਰ ਹੋਇਆ, 1 ਬਹੁਤ ਸਾਡਾ ਮੁੰਡਾ ਜੁਝਾਰੂ ਸੀ, ਵਰਕਰ ਸੀ ਸਾਡਾ, ਉਹ 'ਤੇ ਹਮਲਾ ਹੋਇਆ ਧਾਰੀਵਾਲ ਨਹਿਰ 'ਤੇ ਹੋਇਆ, ਉਹਨੂੰ ਵੱਢਿਆ ਗਿਆ, ਅੱਜ ਜਿਹੜਾ ਇਹ ਜਿਹੜਾ ਪੁਲਿਸ ਦੀ ਸ਼ਹਿਰ 'ਤੇ ਅੱਜ ਇਹ ਕਤਲ ਹੋਇਆ। ਕਹਿਣ ਤੋਂ ਭਾਵ ਵੀ ਇਹ SHO ਦਾ ਧਾਰੀਵਾਲ ਦਾ SHO ਆ, ਇਹ ਬਾਜਵੇ ਨੂੰ ਬਾਜਵੇ ਦੀ ਵਰਕਰੀ ਕਰਨ ਦਿਆ MLA ਬਾਜਵੇ ਦੀ ਔਰ ਸਰੋਪੇ ਪਾਉਣ ਕਰਨ, ਉਹਦੇ ਨਾਲ ਬੰਦੇ ਤੋਰਨ ਕਰਨ ਇਹ ਕਤਲ ਕਰਵਾ ਰਿਹਾ। ਅੱਜ ਤੋਂ 6 ਮਹੀਨੇ ਪਹਿਲਾਂ ਮੈਂ ਇੱਥੇ ਧਾਰੀਵਾਲ ਨਹਿਰ 'ਤੇ ਬੋਲਿਆ ਸੀ ਕਿ ਜਿੱਦਾਂ ਦੇ SHO ਦੇ ਕਾਰਨਾਮੇ ਆ ਇੱਥੇ ਧਾਰੀਵਾਲ ਦੇ ਵਿੱਚ ਕਤਲ ਕਰਾਊਗਾ, ਉਹ ਸਾਹਮਣੇ ਆ ਗਿਆ ਅਤੇ ਅੱਜ ਵੀ ਇੱਥੇ ਜਿਹੜਾ ਵਾ ਉਹ ਪਰਚਾ ਦਰਜ ਨਾ ਆਇਆ, ਉਹਨੂੰ ਸਸਪੈਂਡ ਨਾ ਕੀਤਾ ਗਿਆ ਅਤੇ ਅੱਜ ਵੀ ਸਮਝੋ ਇਸ ਤੋਂ ਬਾਅਦ ਫਿਰ ਕਤਲ ਹੋਣ ਦੀ ਤਿਆਰੀ ਹੈ। ਇਹ SHO ਜਿਹੜਾ ਵਾ ਇਹ ਸਭ ਤੋਂ ਬੁਰਾ ਜਿਹੜਾ ਸਾਡਾ ਇੱਥੇ SHO ਆ, ਇਹਦੀ ਸਹਿ 'ਤੇ ਸਾਰਾ ਕੁਝ ਹੋ ਰਿਹਾ, ਇਹ ਇੱਥੇ ਪ੍ਰਸ਼ਾਸਨ ਨਹੀਂ ਚਲਾ ਰਿਹਾ। ਜਦੋਂ ਕਤਲ ਹੋ ਰਿਹਾ ਉਸੇ ਸਮੇਂ ਇਹ ਉਸ ਸਰਪੰਚ ਦੀ ਗੱਡੀ ਵਿੱਚ ਬੈਠਾ ਅਤੇ ਆਪਣੀ ਗੱਡੀ ਵਿੱਚ ਪੁਲਿਸ ਦੀ ਗੱਡੀ ਵਿੱਚ ਇਸ ਮੁੰਡੇ ਚੁੱਕ ਕੇ ਲਿਆ ਕੇ ਥਾਣੇ ਕੁੱਟ ਕੁੱਟ ਕੇ ਦਾ ਕਤਲ ਕਰ ਰਿਹਾ। ਕਦੀ SHO ਦੀ ਕੰਪਲੇਂਟ ਕੀਤੀ ਸੀ ਪਹਿਲਾਂ? ਮੈਂ ਜੀ ਮੇਰੀ ਇਹ ਤੁਸੀਂ ਡਿਬੇਟਾਂ ਦੇਖ ਲਓ, ਮੈਂ ਤਾਂ ਇਹਦੇ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਇੱਥੇ, ਮੈਂ ਸ਼ਰੇਆਮ ਕਹਿ ਰਿਹਾ ਵੀ SHO ਨੇ ਧਾਰੀਵਾਲ ਦੇ ਵਿੱਚ ਕਤਲ ਕਰਾਉਣੇ ਨੇ, ਅੱਜ ਤੁਹਾਡੇ ਸਾਹਮਣੇ ਕਤਲ ਹੋ ਰਿਹਾ ਔਰ ਜਿੰਨਾ ਚਿਰ ਤੱਕ ਇੱਥੇ ਪਰਚਾ ਨਹੀਂ ਦਰਜ ਹੁੰਦਾ ਇਹਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਪੜਦਾ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ। ਹੁਣ ਸਮੱਸਿਆ ਭਾਵੇਂ ਕਿੱਡੀ ਵੀ ਹੋਵੇ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਪੰਡਿਤ ਵਿਖੇ ਸ਼ਾਸਤਰੀ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ। 7 ਸਮੁੰਦਰੋਂ ਪਾਰ ਬੈਠੇ ਵੀ ਤੁਸੀਂ ਇੱਕ ਫੋਨ ਤੇ ਕਰਵਾ ਸਕਦੇ ਹੋ ਕੰਮ।
ਜਿਵੇਂ ਵਸ਼ੀਕਰਨ, ਲਵ ਮੈਰਿਜ, ਵਿਦੇਸ਼ ਵਿੱਚ ਪੱਕੇ ਹੋਣਾ, ਪੀਆਰ ਦੀ ਸਮੱਸਿਆ, ਸੌਂ ਤੋਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਪਤੀ ਪਤਨੀ ਵਿੱਚ ਕਲੇਸ਼, ਕੋਰਟ ਕਚਹਿਰੀ, ਬੱਚਿਆਂ ਦਾ ਕਹਿਣੇ ਤੋਂ ਬਾਹਰ, ਤੁਹਾਡੇ ਭੈਣ ਭਰਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਕਿਸੇ ਦੇ ਵੱਸ ਵਿੱਚੋਂ ਬਾਹਰ ਕੱਢਣ ਲਈ ਤੁਰੰਤ ਪੰਡਿਤ ਵੀ ਕੇ ਸ਼ਾਸਤਰੀ ਨੂੰ ਫੋਨ ਕਰੋ 99682982782।